ਬੀਜੀ ਮੇਰੇ ਆਉਣ ਤੇ ਕਿਵੇਂ ਲੱਗਿਆ ਤੁਹਾਨੂੰ? ਪਾਈਆ ਖੂਨ ਵੱਧ ਗਿਆ ਸਾਡੀ ਬੇਬੇ ਜੀ ਦਾ। ਸੱਚੀ ਭੂਆ ਜੀ, ਆ ਲਓ ਭੂਆ ਜੀ। ਲਿਆ ਪੁੱਤ, ਆ ਜਾ ਬਹਿ ਜਾ। ਭਾਬੀ, ਹਾਂ, ਨੂਰ ਰਾਣੀ ਮੈਨੂੰ ਤਾਂ ਬਹੁਤ ਹੀ ਪਿਆਰੀ ਲੱਗੀ। ਹਾਂ ਬੀਬੀ, ਗੁੱਡੀ ਵੀ ਬਹੁਤ ਹੀ ਪਿਆਰੀ ਹੈ ਸੱਚੀ। ਮੈਨੂੰ ਤਾਂ ਗੁੱਡੀ ਤੇ ਰਾਜੀ ਇੱਕੋ ਜਿਹੀਆਂ ਲੱਗੀਆਂ। ਪੰਜੇ। ਹਾਂਜੀ ਮਾਮਾ ਜੀ। ਉਰੇ ਆਈ ਮਾੜਾ ਜਾ, ਇੱਕ ਮਿੰਟ ਆਇਆ ਜੀ, ਦਿੰਨਾ ਪੈਸੇ ਤੈਨੂੰ ਆ ਕੇ। ਪਾਂਜੇ, ਤੈਨੂੰ ਆਪਣੇ ਤਜਰਬੇ ਦੀ ਗੱਲ ਦੱਸਾਂ। ਅਰਦਾ ਲਾ ਕੇ ਨਾ ਉਸ ਬਿੱਲ 'ਚ ਮੈਂ ਇੱਟ ਲਾ ਦੇਣੀ ਹੈ 10 ਮਿੰਟਾਂ ਨੂੰ। ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ, ਦੀਪਾ ਜੀ ਨੇ ਵੀ ਬਥੇਰਾ ਜ਼ੋਰ ਲਾਇਆ। ਗੱਲ ਨਹੀਂ ਬਣੀ। ਮੈਂ ਦੇਖਦਾ ਰਿਹਾ ਬਈ ਭਾਂਜਾ ਲੱਗਿਆ ਹੋਇਆ ਹੈ ਮਾਮਿਆਂ ਨੂੰ ਸਮਝਾਉਣ। ਪੁੱਤ, ਸਾਡਾ ਵੀ ਜ਼ਿੰਦਗੀ ਦਾ ਤਜਰਬਾ ਹੈ, ਆਹੀ ਕੁਛ ਦੇਖਦੇ ਰਹੇ ਹਾਂ ਅੱਜ ਤੱਕ। ਬਾਪ ਦਾ ਕੰਮ ਜਦੋਂ ਮੈਂ ਸਾਂਭਿਆ ਸੀ, ਪਹਿਲੀ ਕੰਧ ਆਪਦੇ ਘਰੇ ਕੀਤੀ ਸੀ। ਚਲੋ ਕੀ ਗੱਲ ਹੈ ਪੁੱਤ? ਬੀਜੀ ਕਿਵੇਂ ਲੱਗਿਆ ਤੁਹਾਨੂੰ? ਇੰਨੇ ਸਾਲਾਂ ਬਾਅਦ ਇਸ ਘਰ 'ਚ ਆ ਕੇ ਸੱਚ ਪੁੱਛੇ ਤਾਂ ਮੈਨੂੰ ਲੱਗਿਆ ਹੀ ਨਹੀਂ ਮੈਂ ਉਸੇ ਘਰ ਵਿੱਚ ਆਈ ਹਾਂ। ਘਰ ਆਪਦਾ ਜਿਹਾ ਲੱਗ ਹੀ ਨਹੀਂ ਰਿਹਾ, ਇਉਂ ਲੱਗਦਾ ਜਿਵੇਂ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਹੋਵੇ। ਉਹ ਪੀਪੇ ਤੇ ਕੜਾ ਮੈਂ ਛੇਤੀ ਬੰਦੇ ਬੰਦ ਤਾਂ ਰਹੀ ਹਾਂ। ਵਿਹੜੇ 'ਚ ਕੰਧਾਂ ਦੇਖ ਕੇ ਸਾਰਾ ਕੁਛ ਬੜਾ ਉਪਰਾ ਜਿਹਾ ਲੱਗ ਰਿਹਾ। ਆ ਕੰਧਾਂ ਰੋਕਣ ਪਿੱਛੇ ਮੈਂ ਤਾਂ ਮਾਮਾ ਜੀ ਉਹਨਾਂ ਨੂੰ ਬਹੁਤ ਸਮਝਾ ਲਿਆ। ਤੁਹਾਡਾ ਰਿਸ਼ਤਾ ਤਾਂ ਮੇਰੇ ਨਾਲੋਂ ਜ਼ਿਆਦਾ ਨੇੜੇ ਆ, ਤੁਸੀਂ ਸਮਝਾ ਕੇ ਦੇਖ ਲਓ ਕਿਉਂ ਕਮਲੇ ਹੋਏ ਨੇ। ਬੇਬੇ, ਮੈਂ ਨੀ ਬੰਨਣੀ ਰੱਖਣੀ ਇਹਨਾਂ ਦੇ। ਪਹਿਲਾਂ ਮੈਨੂੰ ਇਹ ਦੱਸਣ ਕਿ ਘਰ ਹੈ ਜਾਂ ਮਕਾਨ। ਮਕਾਨ ਹੈ ਤਾਂ ਫਿਰ ਇਹਨਾਂ ਦਾ ਹੀ ਹੈ, ਤੋੜਨ ਭੰਨਣ ਜੋ ਮਰਜ਼ੀ ਕਰਨ। ਫਿਰ ਤਾਂ ਭਾਬੀ ਇਹ ਸਾਰੇ ਰਿਸ਼ਤੇ ਰਿਸ਼ਤੇ ਹੀ ਨਹੀਂ, ਨਾ ਕਿਸੇ ਦੀ ਬੇਬੇ ਹੈ
ਨਾ ਮੈਂ ਕਿਸੇ ਦੀ ਭੈਣ ਆ, ਨਾ ਹੀ ਕਿਸੇ ਦੀ ਭਾਬੀ ਆ, ਤੇ ਨਾ ਹੀ ਇਹ ਬੱਚੇ ਆਪਦੇ ਨੇ। ਇਹ ਸਿਰਫ ਇੱਕ ਖੁੱਡਾ ਹੈ ਜਿਹਦੇ ਵਿੱਚ ਸ਼ਾਮ ਨੂੰ ਜਾਨਵਰਾਂ ਨੂੰ ਤਾੜਿਆ ਜਾਂਦਾ ਹੈ। ਜੇ ਇਹ ਘਰ ਹੈ ਤਾਂ ਹਰ ਇੱਕ ਉਸ ਬੰਦੇ ਦਾ ਹੱਕ ਹੈ ਜੋ ਇਸਨੂੰ ਆਪਦਾ ਬੰਦਾ ਹੋਵੇ, ਭਾਵੇਂ ਮੈਂ ਹੋਵਾਂ, ਮਨਜਿੰਦਰ ਹੋਵੇ, ਭਾਵੇਂ ਬੇਬੇ ਹੋਵੇ। ਫਿਰ ਇਸ ਨੂੰ ਤੋੜਨ ਦਾ ਕਿਸੇ ਦਾ ਹੱਕ ਨਹੀਂ। ਤੀਵੀਆਂ ਸਹੁਰੇ ਬੈਠੀਆਂ ਵੀ ਪੇਕੇ ਨੂੰ ਤਰਸਦੀਆਂ ਨੇ, ਪਰ ਬੰਦਿਆਂ ਨੂੰ ਕਰਦੀ ਬੁੱਕਤ ਨਹੀਂ। ਵੀਰ ਜੀ, ਹੁਣ ਮੈਂ ਰੱਖੜੀ ਉਦੋਂ ਹੀ ਬੰਨਾਂਗੀ ਜਦੋਂ ਦੋਵੇਂ ਕੰਧਾਂ ਟੁੱਟਣਗੇ। ਰੋਕੀ ਨਾ ਬਾਈ, ਮੈਨੂੰ ਮੈਨੂੰ ਰੋਕੀ ਨਾ, ਅੱਜ ਮੈਂ ਕੰਧਾਂ ਉਠਾਊਂਗਾ। ਸੱਭਲ ਕਿੱਥੇ ਕਿੱਥੇ ਸੱਭਲ ਬਾਬੀ, ਰੋਣਾ ਪੈਣੇ ਇਹ ਕਰ ਬੇਬੇ ਦਾ, ਮੈਂ ਕੰਧਾਂ ਉਠਾਊਂਗਾ। ਰੋਕ ਲਾ ਜੀਣਾ, ਰੋਕਣਾ ਸੱਭਲ ਕਿੱਥੇ। ਬਸ ਬਸ ਆਹੀ ਤਜਰਬਾ ਦੇਖਣ ਰਹਿ ਗਿਆ ਸੀਗਾ। ਓਏ ਦਾਦਾ, ਇਹ ਕੰਧ ਬਰਾ ਤੁਹਾਡੀ।